ਪਿਛਲੇ ਦਿਨੀ ਮੋਹਾਲੀ ਦੇ PCA ਸਟੇਡੀਅਮ ਵਿੱਚ ਲੋਕ ਸੰਪਰਕ ਵਿਭਾਗ ਅਤੇ ਖੇਡ ਪੱਤਰਕਾਰਾਂ ਦਰਮਿਆਨ ਇੱਕ ਦੋਸਤਾਨਾ ਮੈਚ ਖੇਡਿਆ ਗਿਆ। ਇਹ ਮੈਚ ਬੱਲਾ ਘੁਮਾਓ ਨਸ਼ਾ ਭਜਾਓ ਮੁਹਿੰਮ ਤਹਿਤ ਖੇਡਿਆ ਗਿਆ, ਜਿਸ ਵਿੱਚ ਲੋਕ ਸੰਪਰਕ ਟੀਮ ਨੇ 6 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਮੈਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ OSD ਆਦਿਲ ਆਜ਼ਮੀ ਦੀ ਆਲਰਾਊਂਡਰ ਪਾਰੀ ਬਦੌਲਤ ਇੱਕ ਸ਼ਾਨਦਾਰ ਜਿੱਤ ਮਿਲੀ। ਦੱਸ ਦਈਏ ਕਿ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਲੋਕ ਸੰਪਰਕ ਟੀਮ ਨੇ 10 ਓਵਰਾਂ ਦੇ ਇਸ ਮੈਚ 7 ਵਿਕਟਾਂ ਗੁਆ ਕੇ 59 ਦੌੜਾਂ ਬਣਾਈਆਂ। ਲੋਕ ਸੰਪਰਕ ਟੀਮ ਵੱਲੋਂ ਆਦਿਲ ਆਜ਼ਮੀ ਨੇ 59 ਦੌੜਾਂ ਦੀ ਇਸ ਪਾਰੀ ਵਿੱਚ ਅਹਿਮ ਭੂਮਿਕਾ ਨਿਭਾਈ। ਆਦਿਲ ਆਜ਼ਮੀ ਨੇ ਫੈਸਲਾ ਕੁੰਨ ਪਾਰੀ ਖੇਡਦਿਆਂ 24 ਗੇਂਦਾਂ ਤੇ 1 ਚੌਕੇ ਦੀ ਮਦਦ ਨਾਲ 21 ਦੌੜਾਂ ਬਣਾਈਆਂ, ਜਦਕਿ ਬਾਕੀ ਟੀਮ ਦਾ ਕੋਈ ਵੀ ਖਿਡਾਰੀ ਦੋਹਰਾ ਅੰਕੜਾ ਪਾਰ ਨਾ ਕਰ ਸਕਿਆ। 59 ਦੌੜਾਂ ਦੇ ਸਕੋਰ ਦਾ ਪਿੱਛਾ ਕਰਨ ਆਈ ਖੇਡ ਪੱਤਰਕਾਰਾਂ ਦੀ ਟੀਮ ਸ਼ੁਰੂਆਤੀ ਦੌਰ 'ਚ ਹੀ ਫਿੱਕੀ ਪੈ ਗਈ। ਹਾਲਾਂਕਿ ਗੌਰਵ ਮਰਵਾਹਾ ਨੇ 27 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ 'ਚ ਲਿਆਂਦਾ, ਪਰ ਸਮੇਂ-ਸਮੇਂ 'ਤੇ ਵਿਕਟਾਂ ਡਿੱਗਣ ਕਾਰਨ ਟੀਮ ਪੱਤਰਕਾਰ 10 ਓਵਰਾਂ ਵਿੱਚ 7 ਵਿਕਟਾਂ ਗੁਆ ਕੇ ਸਿਰਫ 54 ਦੌੜਾਂ ਹੀ ਬਣਾ ਸਕੀ। ਹਾਲਾਂਕਿ ਇਸ ਪਾਰੀ ਵਿੱਚ ਆਦਿਲ ਆਜ਼ਮੀ ਨੇ 2 ਓਵਰਾਂ ਵਿੱਚ 12 ਦੌੜਾਂ ਦੇ ਕੇ 1 ਵਿਕਟ ਵੀ ਲਈ, ਜਿਸ ਕਾਰਨ ਲੋਕ ਸੰਪਰਕ ਟੀਮ ਦਾ ਜਿੱਤ ਦਾ ਰਾਹ ਪੱਧਰਾ ਹੋ ਗਿਆ। ਆਦਿਲ ਆਜ਼ਮੀ ਦੀ ਇਸ ਹਰਫਨ ਮੌਲਾ ਪਾਰੀ ਦੀ ਬਦੌਲਤ ਉਸ ਨੂੰ ਮੈਨ ਆਫ ਦਾ ਮੈਚ ਖਿਤਾਬ ਵੀ ਦਿੱਤਾ ਗਿਆ।